ਇਹ ਮਹਾਂਪੁਰਸ਼ਾਂ ਦਾ ਬਚਨ ਹੈ। ਜੋ ਨਾਮ ਜਪਣ ਵਾਲਾ ਹੁੰਦਾ ਨਾ, ਜੋ ਬੰਦਗੀ ਕਰਨ ਵਾਲਾ ਹੁੰਦਾ, ਉਹਦੇ 5 ਜਗ੍ਹਾ ਅੰਮ੍ਰਿਤ ਆ ਜਾਂਦਾ ਵੇ। ਉਸ ਤਰ੍ਹਾਂ ਬਾਣੀ ਵੀ ਕਹਿੰਦੀ ਹੈ ਕਿ ਅਗਰ ਗੁਰੂ ਗ੍ਰੰਥ ਸਾਹਿਬ ਜੀ ਚਾਂਦ ਅਤੇ ਅੰਮ੍ਰਿਤ ਦ੍ਰਿਸ਼ਟ ਪੇਕੇ ਹੋਏ ਸੰਤ, ਅਗਰ ਗੁਰੂ ਸਾਹਿਬ ਜੀ ਦੀ ਕਿਸੇ ਦੇ ਉੱਪਰ ਦ੍ਰਿਸ਼ਟੀ ਵੀ ਹੋ ਜਾਂਦਾ ਤਾਂ ਉਹਨੂੰ ਸੰਤ ਬਣਾ ਦਿੰਦੇ ਨੇ। ਅਤੇ ਜੋ ਮਹਾਂਪੁਰਸ਼ ਹੁੰਦੇ ਨੇ ਉਹਨਾਂ ਦੇ 5 ਜਗ੍ਹਾ ਅੰਮ੍ਰਿਤ ਹੁੰਦਾ ਵੇ, ਅੱਖਾਂ ਵਿੱਚ, ਹੱਥਾਂ ਵਿੱਚ, ਪੈਰਾਂ ਵਿੱਚ, ਰਸਨਾ 'ਤੇ ਨਾਭੇ ਵਿੱਚ, 5 ਜਗ੍ਹਾ ਜੋ ਨਾ ਅੰਮ੍ਰਿਤ ਹੁੰਦਾ ਵੇ। ਤੁਸੀਂ ਦੇਖੋ ਕਈ ਵਾਰੀ ਨਾ ਪਿਆਰ ਵਿੱਚ ਆਪ ਜੀ ਕੋਈ ਆਏ ਅਤੇ ਪਿਆਰ ਵਿੱਚ ਕਹਿ ਦਿੰਦੇ ਹੋ ਸਾਡੇ ਘਰ ਚਰਨ ਪਾਓ, ਬਾਕੀ ਚੀਜ਼ਾਂ ਆਪਾਂ ਕਿਉਂ ਨਹੀਂ ਕਹਿੰਦੇ? ਇਹ ਕਿਉਂ ਨਹੀਂ ਕਹਿੰਦੇ ਕਿ ਘਰ ਆਓ, ਘਰ ਵਿੱਚ ਸਰੀਰ ਲੈ ਕੇ ਆਓ? ਇਹ ਤਾਂ ਨਹੀਂ ਕਹਿੰਦੇ ਨਾ, ਇਹ ਕਹਿੰਦੇ ਚਰਨ ਪਾਓ। ਕਿਉਂ? ਚਰਨਾਂ ਵਿੱਚ ਤਾਕਤ ਹੈ, ਅੰਮ੍ਰਿਤ ਹੈ। ਕਈ ਵਾਰ ਨਾ ਛੋਟਾ ਬੱਚਾ ਹੋਏ ਅਤੇ ਕੋਈ ਮਹਾਂਪੁਰਸ਼ ਹੋਏ ਜਾਂ ਕੋਈ ਕੀਰਤਨੀਏ ਵੱਡਾ ਜਾਂ ਜਿਹਦੇ ਉੱਪਰ ਕਿਰਪਾ ਹੋਏ ਗੁਰੂ ਸਾਹਿਬ ਜੀ ਦੀ, ਤਾਂ ਆਪਾਂ ਪਿਆਰ ਵਿੱਚ ਕਹਿ ਦਿੰਦੇ ਹਾਂ ਕਿ ਸਾਡੇ ਬੱਚੇ ਦੇ ਸੀਸ ਦੇ ਉੱਪਰ ਨਾ ਹੱਥ ਰੱਖ ਦਿਉ, ਕਹਿ ਦਿੰਦੇ ਨਾ ਅਸੀਂ ਕਈ ਵਾਰੀ ਪਿਆਰ ਵਿੱਚ। ਕਿਉਂ ਕਹਿੰਦੇ ਹਾਂ? ਹੱਥਾਂ ਵਿੱਚ ਤਾਕਤ ਹੈ, ਅੰਮ੍ਰਿਤ ਹੈ। ਕਈ ਵਾਰੀ ਅਸੀਂ ਪਿਆਰ ਵਿੱਚ ਕਹਿ ਦਿੰਦੇ ਹਾਂ ਕਿ ਇਹਦੀ ਤਰਫ ਵੀ ਦ੍ਰਿਸ਼ਟੀ ਕਰ ਦਿਉ, ਇਹਦੀ ਤਰਫ ਵੀ ਨਜ਼ਰ ਪਾ ਦਿਉ। ਕਿਉਂ ਕਹਿੰਦੇ ਹਾਂ? ਅੱਖਾਂ ਵਿੱਚ ਅੰਮ੍ਰਿਤ ਹੈ। ਕਈ ਵਾਰੀ ਅਸੀਂ ਪਿਆਰ ਵਿੱਚ ਕਹਿ ਦਿੰਦੇ ਹਾਂ ਕਿ 2 ਬਚਨ ਹੀ ਬੋਲ ਦਿਉ। ਕਿਉਂ? ਰਸਨਾ 'ਤੇ ਤਾਕਤ ਹੈ, ਅੰਮ੍ਰਿਤ ਹੈ। ਚੰਗੀ ਚੀਜ਼ ਵੀ ਸੁਣੀ ਜਾਂਦੀ ਹੈ, ਮਾੜੀ ਚੀਜ਼ ਵੀ ਸੁਣੀ ਜਾਂਦੀ ਹੈ। ਕੋਈ ਬਚਨ ਅਗਰ ਮਹਾਂਪੁਰਸ਼ ਬਹੁਤ ਘੱਟ ਬੋਲਦੇ ਨੇ, ਜੋ ਜੁੜੇ ਮਹਾਂਪੁਰਸ਼ ਹੁੰਦੇ ਨੇ, ਬਚਨ ਨਹੀਂ ਕਰਦੇ, ਕੀਰਤਨ ਕਥਾ ਸਾਰਾ ਕੁਛ ਹੋਏਗਾ, ਲੇਕਿਨ ਤੁਸੀਂ ਦੇਖੋ ਕੋਈ ਜੁੜਾ ਮਹਾਂਪੁਰਸ਼ ਹੋਏਗਾ ਨਾ, ਬਹੁਤ ਘੱਟ ਬੋਲੇਗਾ, ਬਚਨ ਨਹੀਂ ਕੱਢੇਗਾ ਮੂੰਹ ਤੋਂ। ਕਿਉਂ? ਅਗਰ ਉਹਨੇ ਕਿਸੇ ਦੀ ਤਰਫ ਦੇਖ ਕੇ ਬਚਨ ਵੀ ਕਰ ਦਿੱਤਾ ਨਾ, ਤਾਂ ਕਈ ਵਾਰੀ ਉਹ ਗੁਰੂ ਸਾਹਿਬ ਜੀ ਨੂੰ ਪੂਰਾ ਕਰਨਾ ਪੈਂਦਾ। ਸਾਰੇ ਆਖੋ ਵਾਹਿਗੁਰੂ, ਕਿਉਂਕਿ ਸੰਤਨ ਹੱਥ ਰਾਖੀ ਕੁੰਜੀ, ਸੰਤਾਂ ਦੇ ਹੱਥ ਵਿੱਚ ਕੁੰਜੀ ਹੁੰਦੀ ਹੈ। ਅੱਜ ਵੀ ਉਹ ਮਹਾਂਪੁਰਸ਼ ਹੈਗੇ ਨੇ।